ਸਾਰੇ ਭਾਈਆਂ ਭੈਣਾਂ ਨੂੰ ਜੈ ਸ਼੍ਰੀ ਕੀ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਸੰਤ ਜੌਨ ਡੀ ਬ੍ਰੀਟੋ, ਜਿਨ੍ਹਾਂ ਦੀ ਈਦ 4 ਫਰਵਰੀ। ਇਹ ਕਹਾਣੀ ਉਹਨਾਂ ਦੇ ਜੀਵਨ 'ਤੇ ਆਧਾਰਿਤ ਹੈ। ਸੰਤ ਜੌਨ ਦਾ ਜਨਮ ਪੁਰਤਗਾਲ ਦੇਸ਼ ਦੇ ਲਿਸਬਨ ਸ਼ਹਿਰ ਵਿਖੇ 1 ਮਾਰਚ 1647 ਨੂੰ ਹੋਇਆ। ਜਦੋਂ ਜੌਨ 9 ਸਾਲਾਂ ਦਾ ਸੀ ਤਾਂ ਉਸ ਨੂੰ ਰਾਜਕੁਮਾਰ ਪੈਦਰੋ ਦੇ ਨਾਲ ਖੇਡਣ ਲਈ ਅਤੇ ਰਹਿਣ ਲਈ ਚੁਣ ਲਿਆ ਗਿਆ। 11 ਸਾਲ ਦੀ ਉਮਰ ਵਿੱਚ ਉਹ ਬਹੁਤ ਬਿਮਾਰ ਹੋ ਗਿਆ ਤਾਂ ਉਸਦੀ ਮਾਂ ਨੇ ਸੰਤ ਫ੍ਰਾਂਸਿਸ ਜੇਵੀਅਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਾਅਦਾ ਕੀਤਾ ਕਿ ਜੇਕਰ ਉਸਦਾ ਬੇਟਾ ਠੀਕ ਹੋ ਗਿਆ ਤਾਂ ਉਸ ਨੂੰ ਜੈਸੀ ਇਟ ਫਾਦਰਾਂ ਦਾ ਚੋਲਾ 1 ਸਾਲ ਲਈ ਪਹਿਨਾਏਗੀ। ਜਦੋਂ ਉਹ ਬੱਚਾ ਠੀਕ ਹੋ ਗਿਆ ਤਾਂ ਉਸ ਨੂੰ ਜੈਸੋਆਇਟੀ ਫਾਦਰਾਂ ਦਾ ਚੋਲਾ ਪਹਿਨਾਇਆ ਗਿਆ। ਜਦੋਂ ਉਸਦੇ ਦੋਸਤਾਂ ਨੇ ਉਸ ਨੂੰ ਕਾਲੇ ਚੋਲੇ ਵਿੱਚ ਲੱਕ ਦੁਆਲੇ ਪਰਨਾ ਬੰਨੀ ਦੇਖਿਆ ਅਤੇ ਉਸਦੇ ਗਲੇ ਵਿੱਚ ਇੱਕ ਭਾਰੀ ਲੰਮੀ ਰੋਜ਼ਰੀ ਦੇਖੀ ਤਾਂ ਉਹ ਉਸ 'ਤੇ ਹੱਸਦੇ ਸਨ। ਉਹਨਾਂ ਨੇ ਉਸ ਨੂੰ ਮਜ਼ਾਕ ਨਾਲ ਛੋਟਾ ਰਸੂਲ, ਸਾਧੂ ਅਤੇ ਸ਼ਹੀਦ ਕਹਿਣਾ ਸ਼ੁਰੂ ਕਰ ਦਿੱਤਾ। ਇਹਨਾਂ ਸਾਰੇ ਮਖੌਲਾਂ ਦੇ ਬਾਵਜੂਦ ਵੀ ਜੌਨ ਨੇ ਆਪਣਾ ਚੋਲਾ ਨਹੀਂ ਛੱਡਿਆ ਕਿਉਂਕਿ ਇਹ ਉਸ ਲਈ ਇੱਕ ਚੁਣੌਤੀ ਸੀ ਅਤੇ ਉਸ ਨੇ ਇਸ ਦਾ ਸਾਹਮਣਾ ਕੀਤਾ। ਜੈਸੂਏਟ ਫਾਦਰ ਦਾ ਚੋਲਾ ਪਾਉਣ ਦੁਆਰਾ ਉਸਦੇ ਦਿਲ ਵਿੱਚ ਇੱਛਾ ਆਈ ਕਿ ਉਹ ਸੱਚਮੁੱਚ ਇੱਕ ਫਾਦਰ ਬਣੇਗਾ ਅਤੇ ਸੰਤ ਇਗਨੇਸ਼ੀਅਸ ਆਫ ਲਾਜੋਲਾ ਦੇ ਕਦਮਾਂ 'ਤੇ ਚੱਲਦਾ ਹੋਇਆ ਖੁਦਾ ਦੀ ਮਹਾਨ ਵਡਿਆਈ ਲਈ ਕੰਮ ਕਰੇਗਾ। ਇਸ ਲਈ 17 ਦਸੰਬਰ 1662 ਨੂੰ ਉਹ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਸੈਮੀਨਾਰ ਵਿੱਚ ਚਲਾ ਗਿਆ। ਉਹ ਆਪਣੀ ਸੈਮੀਨਾਰ ਸਿੱਖਿਆ ਦੇ ਵੇਲੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਅਤੇ ਆਪਣੀ ਰੂਹਾਨੀ ਜ਼ਿੰਦਗੀ ਵਿੱਚ ਬਹੁਤ ਭਰਪੂਰ ਸੀ। 1673 ਈਸਵੀ ਵਿੱਚ ਉਸ ਨੂੰ ਫਾਦਰ ਮਖਸੂਸ ਕੀਤਾ ਗਿਆ ਅਤੇ ਹੋਰ 15 ਜਾਣਿਆਂ ਨਾਲ ਉਸ ਨੇ ਭਾਰਤ ਵਿੱਚ ਆ ਕੇ ਪ੍ਰਭੂ ਦੇ ਨਾਂ ਦਾ ਪ੍ਰਚਾਰ ਕਰਨ ਦੀ ਇੱਛਾ ਪ੍ਰਗਟ ਕੀਤੀ। ਜਦੋਂ ਉਸਦੀ ਮਾਂ ਨੂੰ ਪਤਾ ਲੱਗਾ ਕਿ ਉਸਦਾ ਬੇਟਾ ਭਾਰਤ ਜਾਣਾ ਚਾਹੁੰਦਾ ਹੈ ਤਾਂ ਉਸ ਨੇ ਹਰ ਕੋਸ਼ਿਸ਼ ਕੀਤੀ ਕਿ ਉਸ ਨੂੰ ਰੋਕਿਆ ਜਾ ਸਕੇ। ਉਸ ਨੇ ਪੋਪ ਸਾਹਿਬ ਦੇ ਨੁਮਾਇੰਦੇ ਅੱਗੇ ਬੇਨਤੀ ਕੀਤੀ ਜੋ ਕਿ ਉਸ ਸਮੇਂ ਪੁਰਤਗਾਲ ਦਾ ਰਾਜਦੂਤ ਸੀ। ਫਾਦਰ ਜੌਨ ਨੇ ਆਪ ਜਾ ਕੇ ਰਾਜਦੂਤ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਰਾਜਦੂਤ ਨੇ ਉਸ ਦੀ ਖੁਦਾ ਵੱਲੋਂ ਸੱਚੀ ਬੁਲਾਹਟ ਨੂੰ ਪਛਾਣਦੇ ਹੋਏ ਉਸ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ। ਫਾਦਰ ਜੌਨ ਨੂੰ ਪਤਾ ਸੀ ਕਿ ਮਾਂ ਨੂੰ ਛੱਡਣਾ ਮੁਸ਼ਕਿਲ ਹੈ, ਮਾਂ ਨੂੰ ਬੜਾ ਦੁੱਖ ਵੀ ਹੋਵੇਗਾ। ਇਸ ਲਈ ਜੌਨ ਆਪਣੀ ਮਾਂ ਨੂੰ ਬਿਨਾਂ ਦੱਸਿਆਂ ਹੀ 1 ਦਿਨ ਪਹਿਲਾਂ ਭਾਰਤ ਜਾਣ ਵਾਲੇ ਜਹਾਜ਼ ਵਿੱਚ ਆ ਕੇ ਬੈਠ ਗਿਆ। 19,956 ਕਿਲੋਮੀਟਰ ਦਾ ਸਫ਼ਰ ਬੜਾ ਖਤਰਨਾਕ ਅਤੇ ਥਕਾਵਟ ਭਰਿਆ ਸੀ। ਭਾਰਤ ਵਿੱਚ ਉਹ ਤਾਮਿਲਨਾਡੂ ਇਲਾਕੇ ਵਿੱਚ ਆ ਗਿਆ। ਫਾਦਰ ਜੌਨ ਨੇ ਤਾਮਿਲ ਭਾਸ਼ਾ ਸਿੱਖੀ ਅਤੇ ਤਾਮਿਲ ਵਿੱਚ ਇਤਰਾਫ਼ ਸੁਣਨੇ ਅਤੇ ਪ੍ਰਚਾਰ ਕਰਨਾ ਅਤੇ ਲਿਖਣਾ ਅਤੇ ਪੜ੍ਹਨਾ ਸ਼ੁਰੂ ਕੀਤਾ। ਉਸ ਨੇ ਆਪਣੇ ਆਪ ਨੂੰ ਭਾਰਤੀ ਸੰਨਿਆਸੀਆਂ ਦੇ ਤੌਰ 'ਤੇ ਬਣਾਇਆ। ਉਸ ਨੇ ਮੀਟ ਖਾਣਾ ਛੱਡ ਦਿੱਤਾ ਅਤੇ ਸਿਰਫ ਚੋਲਾ ਅਤੇ ਸਬਜ਼ੀਆਂ ਖਾਣ ਲੱਗਾ। ਉਸ ਨੇ ਆਪਣਾ ਕਾਲਾ ਚੋਲਾ ਛੱਡ ਕੇ ਸਾਧੂਆਂ ਵਾਲੇ ਭਗਵੇਂ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਆਪਣਾ ਪੁਰਤਗਾਲ ਵਾਲਾ ਨਾਮ
जॉन डी ब्रिटो बदल के अरुलनंदन नाम रख लिया अते थलड़े वर्ग के लोगों अते गरीबां विच काम करना शुरू किया। 14 साल उसने कठिन मेहनत नाल प्रचार किया अते बपतिस्मे दे साक्रामेंट राही खुदा नू सच्ची कलीसिया वल लिआंदा। पर उस वेले दे चौधरियां दे बहकावे हेठ आ के लोकां ने उस नू फड़ के तसीहे देने शुरू कर दिते। उस नू देश विचों बाहर कढ दिता गया। इसलिए उस नू वापस पुर्तगाल जाना पिया। लेकिन जॉन डी ब्रिटो होर भी जोश नाल भारत वापस परतिया। संत जॉन ब्रिटो दा हाल भी संत यूहन्ना बपतिस्मा वाला होया अते उसनू एक औरत दी रंजिश कारण शहीदी प्राप्त हुई। कहा जाता है कि उस वेले दे राजा ने ईसाई धर्म अपना के अपनी रखेल नू त्याग दिता सी। इसे कारण ही उसनू जेल विच जाना पिया अते संत यूहन्ना बपतिस्मा दी तरह 4 फरवरी 1693 ईस्वी नूं 46 साल दी उम्र विच उसदा सिर कलम कर दिता गया। संत जॉन डी ब्रिटो नूं 1947 विच संत दा रुतबा दिता गया। तमिलनाडु विच संत जॉन डी ब्रिटो दा त्यौहार बड़े ही उत्साह नाल मनाया जाता है। ये प्रभु दी पवित्र बाणी है। खुदा दा शुक्र होवे।